ਭਗਵੰਤ ਮਾਨ ਜੀ ਸਾਰੀ ਉਮਰ ਤੁਸੀਂ ਨਹੀਂ ਰਹਿਣਾ। ਤੇ ਜੇ ਤੁਸੀਂ ਸੋਚੋ ਕਿ ਸਰਕਾਰ ਦੀਆਂ ਕਮੀਆਂ ਪੇਸ਼ੀਆਂ ਅਸੀਂ ਦੱਸਣ ਤੋਂ ਗੁਰੇਜ਼ ਕਰਾਂਗੇ ਤਾਂ ਬਿਲਕੁਲ ਭੁੱਲ ਜਾਓ। ਅਸੀਂ ਦਸਮ ਪਿਤਾ ਦੇ ਸਾਰੇ ਬੱਚੇ ਹਾਂ, ਇਹ ਚੀਜ਼ਾਂ ਸਾਡੇ ਤੇ ਕੋਈ ਅਸਰ ਨਹੀਂ ਕਰਦੀ। ਕੋਈ ਡਰ ਖੌਫ ਤੇ ਸਾਡੇ ਕੋਲ ਦੀ ਵੀ ਨਹੀਂ ਟੱਪਿਆ ਕਰਦੀ। ਪਿਆਰ ਦੀ ਗੱਲ ਤੇ ਅਸੀਂ ਸਮਝ ਸਕਦੇ ਹਾਂ। ਆ ਜਿਹੜਾ ਤੁਸੀਂ ਰਸਤਾ ਅਪਣਾ ਲਿਆ ਬਿਲਕੁਲ ਠੀਕ ਹੈ, ਮੈਂ ਸਹਿਮਤ ਹਾਂ ਸਾਹਿਬ ਸੁਖਪਾਲ ਸਿੰਘ ਖਹਿਰਾ ਜੀ ਨਾਲ। ਟਾਈਮ ਆ ਗਿਆ ਆਪਣੇ ਦਫ਼ਤਰਾਂ ਚੋਂ ਡਾਕਟਰ ਅੰਬੇਦਕਰ ਸਾਹਿਬ ਦੀ ਤੇ ਸ਼ਹੀਦ ਆਜ਼ਮ ਭਗਤ ਸਿੰਘ ਦੀ, ਕਿਉਂਕਿ ਤੁਸੀਂ ਸੋਚਣਾ ਨਹੀਂ ਬੱਝੇ, ਤੁਸੀਂ ਉਹ ਕੰਮ ਕਰ ਰਹੇ ਹੋ ਜਿਹੜੇ ਕੰਪਲੀਟਲੀ ਉਹਨਾਂ ਦੀ ਆਈਡੀਓਲੋਜੀ ਦੇ ਖਿਲਾਫ ਨੇ। ਕਿਰਪਾ ਕਰਕੇ ਸਾਰਿਆਂ ਨੂੰ ਪਹਿਲੇ ਉਹਨਾਂ ਦੀਆਂ ਤਸਵੀਰਾਂ ਆਪਣੇ ਦਫ਼ਤਰਾਂ ਤੋਂ ਉਤਾਰੋ ਤੇ ਮੈਂ ਇਹਨੂੰ ਰਾਏ ਦਊਂਗਾ ਕਿ ਜਿਹੜਾ ਤੂੰ ਇਹ ਨਵਾਂ ਕੰਮ ਆਰੰਭਿਆ ਇਹਦੇ ਨਾਲ ਬੈਟਰ ਜੇ ਅਡੋਲਫ ਹਿਟਲਰ ਦੀ ਫੋਟੋ ਤੂੰ ਲਾ ਲੈ, ਕਿਉਂਕਿ ਤੇਰੀ ਸੋਚ ਉਸ ਕਿਸਮ ਦੀ। ਤੁਸੀਂ ਅਡੋਲਫ ਹਿਟਲਰ ਦੀ ਸੋਚ ਤੇ ਚੱਲਦੇ ਹੋ। ਤੁਹਾਨੂੰ ਪਤਾ ਜਿਹੜਾ ਇਹਨਾਂ ਦਾ ਪਬਲਿਸਿਟੀ ਮਿਨਿਸਟਰ ਸੀ ਜਨਰਲ ਗੋਬਲਸ, ਜਨਰਲ ਗੋਬਲਸ ਦਾ ਵੀ ਕਹਿਣਾ ਸੀ ਖਹਿਰਾ ਸਾਹਿਬ ਇੱਕ ਝੂਠ ਨੂੰ 100 ਵਾਰ ਬੋਲੋ ਤੇ ਉਹ ਸੱਚ ਬਣ ਜਾਂਦਾ, ਤੇ ਤੁਸੀਂ ਉਸੇ ਤੇ ਚੱਲਦੇ ਹੋ ਲਗਾਤਾਰ। 750-800 ਕਰੋੜ ਰੁਪਇਆ ਜਿਸ ਸੂਬੇ ਦੀ ਆਰਥਿਕ ਹਾਲਤ ਇੰਨੀ ਕਮਜ਼ੋਰ ਹੈ, ਦੋਹਾਂ ਸਾਲਾਂ ਚ ਅਸੀਂ 90,000 ਕਰੋੜ ਦਾ ਕਰਜ਼ਾ ਚੁੱਕ ਲਿਆ, ਸਾਲ ਚੜਦੇ 2500 ਕਰੋੜ ਰੁਪਇਆ ਪਹਿਲੇ ਦਿਨ ਚੁੱਕ ਲਿਆ। ਤੋ ਬਿਹਤਰ ਇਹ ਹੋਏਗਾ ਇਹਨਾਂ ਦੋ ਮਹਾਨ ਸ਼ਖਸੀਅਤਾਂ ਦੀਆਂ, ਕਿਉਂਕਿ ਜਿਨ੍ਹਾਂ ਦੀ ਆਈਡੀਓਲੋਜੀ ਨਾਲ ਤੁਸੀਂ ਬੱਝੇ ਨਹੀਂ, ਜਿਨ੍ਹਾਂ ਦੀ ਸੋਚ ਨਾਲ ਤੁਸੀਂ ਬੱਝੇ ਨਹੀਂ, ਉਹਨਾਂ ਦੀਆਂ ਤਸਵੀਰਾਂ ਲਾਓ ਤੇ ਅਡੋਲਫ ਹਿਟਲਰ ਦੀਆਂ ਲਾਓ ਤੇ ਅਡੋਲਫ ਹਿਟਲਰ ਜੇ ਚੰਗੀ ਤਰ੍ਹਾਂ ਵੇਖੋ ਇਹਨਾਂ ਦੇ ਕਿਸੇ ਲੀਡਰ ਦਾ ਧਿਆਨ ਨਾਲ ਜੇ ਚਿਹਰਾ ਮੋਹਰਾ ਵੇਖੋ, ਇੱਕ ਅੱਧੇ ਦੀ ਸ਼ਕਲ ਵੀ ਉਹਦੇ ਨਾਲ ਉਹਦੀ ਤਸਵੀਰ ਲਾਓ ਉੱਥੇ, ਕਿਉਂਕਿ ਤੁਹਾਡੀ ਸੋਚ ਇਹ ਹੈ। ਤੇ ਜਿਹੜੀ ਗੱਲ ਸੁਖਪਾਲ ਸਿੰਘ ਜੀ ਕਹੀ ਹੈ ਇਹਦੇ ਵੜਿੰਗ ਸਾਹਿਬ ਸਹਿਮਤੀ ਦੇਣ, ਮੈਂ ਸਹਿਮਤ ਹਾਂ। ਇੱਕ ਬੋਰਡ ਉੱਥੇ ਲਾਇਆ ਜਾਏ ਕਾਲੇ ਰੰਗ ਨਾਲ, ਇਹਨਾਂ ਅਫਸਰਾਂ ਦੀਆਂ ਜਿਹੜੇ ਜ਼ਿਆਦਤੀਆਂ ਕਰ ਰਹੇ ਨੇ ਉਹਨਾਂ ਦੇ ਨਾਂ ਲਿਖੇ ਜਾਣ, ਤੇ ਉਹਦੇ ਉੱਤੇ ਬਕਾਇਦਾ ਤਾਂ ਰਾਤ ਨੂੰ ਵੀ ਕੋਈ ਬਿਹਤਰੀਨ ਲਾਈਟ ਲਾਈ ਜਾਏ, ਜਦੋਂ ਰਾਤ ਨੂੰ ਵੀ ਕੋਈ ਲੋਕ ਪੰਜਾਬ ਨੂੰ ਜਾਂਦੇ ਨੇ PGI ਦੇ ਜ਼ਰੀਏ, ਉਹ ਚੰਗੀ ਤਰ੍ਹਾਂ ਪੜ੍ਹ ਸਕਣ ਕਿ ਕਿਹੜੇ ਆਦਮੀ ਨੇ ਜਿਨ੍ਹਾਂ ਦੇ ਕਾਲੇ ਅੱਖਰਾਂ ਦੇ ਵਿੱਚ ਨਾਂ ਲਿਖੇ ਨੇ। ਸੋ ਮੈਂ ਆਪਣੇ ਛੋਟੇ ਵੀਰ ਨੂੰ ਉਹਨਾਂ ਦੀ ਘਰ ਵਾਪਸੀ ਤੇ ਵੈਲਕਮ ਵੀ ਕਰਨਾ, ਗੁਰੂ ਮਹਾਰਾਜ ਸਾਹਿਬ ਦੇ ਚਰਨਾਂ ਚ ਅਰਦਾਸ ਵੀ ਕਰਨਾ ਕਿ ਸਾਰੀ ਪਾਰਟੀ ਇੱਕ ਰਹੇ, ਸਾਰੀ ਪਾਰਟੀ ਇਕੱਠੇ ਹੋ ਕੇ। ਅੱਜ ਪੰਜਾਬ ਨੂੰ ਜ਼ਰੂਰਤ ਹੈ ਕਿ ਇੱਕ ਇਹੋ ਜਿਹੀ ਪਾਰਟੀ ਉਭਰ ਕੇ ਨਿਕਲੇ ਜਿਹੜੇ ਪੰਜਾਬ ਦੇ ਹੱਕਾਂ ਵਾਸਤੇ ਲੜਾਈ ਲੜ ਸਕੇ,